ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਅੱਜ ਐਲਾਨ ਕੀਤਾ ਹੈ ਕਿ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਜਿਸ ਦੇ ਵਾਸਤੇ ਅਰਜ਼ੀਆਂ ਅੱਜ ਤੋਂ ਖੋਲ ਦਿੱਤੀਆਂ ਗਈਆਂ ਨੇ ਇਹ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਦਰਅਸਲ ਜੋ ਐਟਲੈਂਟਿਕ ਹਿੱਸਾ ਹੈ ਕੈਨੇਡਾ ਦਾ ਉਸ ਖੇਤਰ ਦੇ ਵਿੱਚ ਜਿੰਨੇ ਸੂਬੇ ਆਉਂਦੇ ਨੇ ਉਹਨਾਂ ਥਾਵਾਂ ਦੇ ਵਾਸਤੇ ਇਹ ਪ੍ਰੋਗਰਾਮ ਹੈ ਜੋ ਕਿ ਪੀਆਰ ਦਾ ਪ੍ਰੋਗਰਾਮ ਹੈ ਜਿਸ ਤਹਿਤ ਪਰਵਾਸੀਆਂ ਨੂੰ ਬੁਲਾਇਆ ਜਾ ਸਕਦਾ ਹੈ ਜੋ ਏਮਪਲੋਇਰ ਨੇ ਉਹ ਬੁਲਾ ਸਕਦੇ ਨੇ ਤੇ ਅੱਗੇ ਉਹਨਾਂ ਦੀ ਪੀਆਰ ਦੀ ਪ੍ਰਕਿਰਿਆ ਹੈ ਉਹੋ ਸ਼ੁਰੂ ਹੋ ਸਕਦੀ ਹੈ ਕਿ ਸਿੱਧੀ ਪੀਆਰ ਇਸ ਪ੍ਰੋਗਰਾਮ ਦੇ ਰਾਹੀਂ ਪ੍ਰਵਾਸੀਆਂ ਨੂੰ ਮਿਲੇਗੀ ਜਿਸ ਦੇ ਵਿੱਚ ਜੋ ਐਟਲੈਂਟਿਕ ਹਿੱਸਾ ਹੈ ਜਿਵੇਂ ਕਿ ਤੁਹਾਨੂੰ ਦੱਸਿਆ ਨਿਊ ਬ੍ਰੰਸਵਿਕ ਨਵ ਸਕੋਸ਼ੀਆ ਪ੍ਰਿੰਸ ਐਡਵਾਰਡ ਆਇਲੈਂਡ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਇਹ ਕੈਨੇਡਾ ਦੇ ਹਿੱਸੇ ਆਉਂਦੇ ਨੇ ਜਿਨ੍ਹਾਂ ਦੇ ਵਾਸਤੇ ਇਹ ਪ੍ਰੋਗਰਾਮ ਹੈ ਜਿਸਦੇ ਵਾਸਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਨੇ ਜਾਣਕਾਰੀ ਦਿੱਤੀ ਹੈ ਤੁਸੀਂ ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਵੀ ਜੋ ਐਟਲੈਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਇਹ ਲਿਖ ਕੇ ਅੱਗੇ ਦੇਖ ਸਕਦੇ ਹੋ ਇਸ ਬਾਰੇ ਪੂਰੀ ਜਾਣਕਾਰੀ ਆ ਜਾਵੇਗੀ ਜਿਸ ਵਾਸਤੇ ਅਰਜ਼ੀਆਂ ਅਜ ਤੋ ਖੁੱਲ ਗਈਆਂ ਨੇ ਤੇ ਇਸ ਬਾਰੇ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਨੇ ਸਾਂਝੀ ਕੀਤੀ ਹੈ ਤਾਂ ਉਧਰ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਇੱਕ ਗੱਲ ਹੋਰ ਖਾਸ ਤੌਰ ਦੇ ਉੱਤੇ ਸਾਫ਼ ਕੀਤੀ ਹੈ ਕਿ ਜੋ ਇਸ ਸਮੇਂ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਤੇ ਯੂਕਰੇਨ ਤੋਂ ਬਾਹਰ ਵੀ ਆ ਰਹੇ ਨੇ ਤੇ ਕੈਨੇਡਾ ਦੇ ਵਿੱਚ ਦੋ ਵੱਖ-ਵੱਖਰੇ ਪ੍ਰੋਗਰਾਮ ਜੋ ਸ਼ੁਰੂ ਕੀਤੇ ਗਏ ਨੇ ਕਿ ਯੂਕਰੇਨੀਅਨ ਨੇ ਜੋ ਉਹ ਪਨਾਹ ਲੈ ਸਕਦੇ ਨੇ ਕੈਨੇਡਾ ਵਿੱਚ ਆ ਸਕਦੇ ਨੇ ਤੇ ਵੀਜ਼ਾ ਆਪਣਾ ਅਪਲਾਈ ਕਰ ਸਕਦੇ ਨੇ ਤੇ ਵੱਖੋ-ਵੱਖਰੇ ਤਰੀਕੇ ਦੱਸੇ ਜਾ ਰਹੇ ਨੇ ਜਿਸ ਤਹਿਤ ਉਹ ਕੈਨੇਡਾ ਵਿੱਚ ਆ ਸਕਦੇ ਨੇ 2 ਸਾਲ ਦੇ ਲਈ ਉਹਨਾਂ ਨੂੰ ਓਪਨ ਵਰਕ ਪਰਮਿਟ ਵੀ ਮਿਲੇਗਾ ਸਟੱਡੀ ਪਰਮਿਟ ਵੀ ਮਿਲੇਗਾ ਤੇ ਰਹਿਣ ਦੇ ਵਾਸਤੇ ਜੋ ਉਹਨਾਂ ਨੂੰ ਕੰਮ ਕਰਨ ਦੇ ਵਾਸਤੇ ਮੌਕਾ ਮਿਲੇਗਾ ਤਾਂ ਇਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਵੇਂ ਹੁਣ ਯੂਕਰੇਨ ਦੇ ਵਿੱਚ ਕਿਸੇ ਹੋਰ ਦੇਸ਼ ਦਾ ਜੇਕਰ ਕੋਈ ਸਿਟੀਜ਼ਨ ਹੈ ਉਹਨਾਂ ਵਾਸਤੇ ਚੋਣ ਨਹੀਂ ਹੈ ਜੇਕਰ ਕੋਈ ਯੂਕਰੇਨ ਦੇ ਵਿੱਚ ਫਸਿਆ ਹੋਇਆ ਹੈ ਪਰ ਉਹ ਯੂਕਰੇਨੀਅਨ ਨਹੀਂ ਹੈ ਸਗੋਂ ਕਿਸੇ ਹੋਰ ਦੇਸ਼ ਦੇ ਨਾਲ ਸੰਬੰਧ ਰੱਖਦਾ ਹੈ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਉਸ ਦੇ ਕੋਲ ਤਾਂ ਇਹ ਉਹਨਾਂ ਵਾਸਤੇ ਚੋਣ ਨਹੀਂ ਹੈ ਕਿ ਉਹ ਕੈਨੇਡਾ ਆ ਕੇ ਆਪਣੇ ਰਿਫਿਊਜੀ ਸਟੇਟਸ ਕਰਵਾ ਸਕਦੇ ਨੇ ਕਿ ਰਿਫਿਊਜੀ ਵਜੋਂ ਪਨਾਹ ਲੈ ਸਕਣਗੇ ਅਜਿਹਾ ਨਹੀਂ ਹੈ ਜਿਹੜੇ ਪ੍ਰੋਗਰਾਮ ਵੀ ਲਿਆਂਦੇ ਗਏ ਨੇ ਤੇ ਜੋ ਮਦਦ ਵੀ ਦਿੱਤੀ ਜਾ ਰਹੀ ਹੈ ਸਿਰਫ ਉਹਨਾਂ ਦੇ ਵਾਸਤੇ ਹੈ ਜਿਹੜੇ ਯੂਕਰੇਨ ਦੇ ਨਾਗਰਿਕ ਨੇ ਯਾਨੀ ਕਿ ਜੇਕਰ ਉਦਾਹਰਨ ਦੇ ਤੌਰ ਤੇ ਗੱਲ ਕਰੀਏ ਤਾਂ ਜੇਕਰ ਕੋਈ ਭਾਰਤੀ ਹੈ ਤੇ ਉਹ ਯੂਕਰੇਨ ਦੇ ਵਿੱਚ ਇਸ ਸਮੇਂ ਮੌਜੂਦ ਹੈ ਤੇ ਉਹ ਉੱਥੋਂ ਦੀ ਜੰਗ ਤੋਂ ਬਚਣ ਦੇ ਵਾਸਤੇ ਕੈਨੇਡਾ ਆਉਣਾ ਚਾਹੁੰਦਾ ਤਾਂ ਉਹਨਾਂ ਨੂੰ ਅਜਿਹਾ ਮੌਕਾ ਨਹੀਂ ਮਿਲੇਗਾ ਜੋ ਇਹ ਪ੍ਰੋਗਰਾਮ ਨੇ ਸਿਰਫ ਯੂਕਰੇਨੀਅਨਸ ਦੇ ਵਾਸਤੇ ਨੇ ਜਿਹੜੇ ਕਿ ਯੂਕਰੇਨ ਦੇ ਨਾਗਰਿਕ ਨੇ ਉਹ ਹੀ ਕੈਨੇਡਾ ਦੇ ਵਿੱਚ ਉਹਨਾਂ ਦਾ ਹੀ ਇਹਨਾਂ ਪ੍ਰੋਗਰਾਮਸ ਸਿਰਾਂ ਹੀ ਸਵਾਗਤ ਕੀਤਾ ਜਾ ਰਿਹਾ ਹੈ